ਪਿੰਡ ਢਿਲਵਾਂ ਦੇ ਡੇਰਾ ਬਾਬਾ ਧੂਰੀਦਾਸ ਜੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਡੇਰੇ ਦੇ ਮੁਖੀ ਕਮਲਦਾਸ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਯੱਗ ਕੀਤਾ ਗਿਆ ਅਤੇ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਡੇਰੇ ਦੇ ਸੰਚਾਲਕ ਕਮਲਦਾਸ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਹਰ ਸਾਲ ਡੇਰੇ ਅੰਦਰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਨੇ ਅਤੇ ਗਰਮੀ ਮਹੀਨੇ ਦੇ ਬਣੇ ਗੜਿਆਂ ਨੂੰ ਖੋਲ੍ਹ ਦਿੱਤਾ ਜਾਂਦਾ ਹੈ, ਜਿਸ ਨਾਲ ਕਿਸਾਨੀ ਫਸਲਾਂ ਦਾ ਨੁਕਸਾਨ ਹੋਣ ਤੋਂ ਭਾਰੀ ਬਚਾਅ ਰਹਿੰਦਾ ਹੈ। ਸਾਲ ਤੋਂ ਸੇਵਾ ਕਰ ਰਿਹਾ ਸੰਗਤ ਜੀ ਇੱਥੇ ਅਤੇ ਦੂਰ ਨੇੜੇ ਸੰਗਤ ਨੇੜੇ ਤੇਰੇ ਪਿੰਡਾਂ ਵਾਲੇ ਸਾਰੇ ਗੜੇ ਬਣਾ ਕੇ ਲੈ ਕੇ ਜਾਂਦੇ ਆ। ਫਿਰ ਅਸੀਂ ਜਦੋਂ ਕਣਕ ਵੱਢੀ ਜਾਂਦੀ ਆ ਉਦੋਂ ਬਾਅਦ ਗੜਿਆਂ ਦਾ ਅਖੰਡ ਪਾਠ ਪ੍ਰਗਟ ਕਰਦੇ ਹਾਂ। ਅਖੰਡ ਪਾਠ ਪ੍ਰਗਟ ਕਰਕੇ ਉਦੋਂ ਬਾਅਦ ਫਿਰ ਹੋਮਣਾ ਕਰਕੇ ਗੜੇ ਖੋਲ੍ਹ ਦਿੰਦੇ ਹਾਂ। ਇਹ ਕਿਹੜੇ ਜਿਹੜੇ ਕਿ ਤੁਹਾਡੇ ਪਹਿਲਾਂ ਪ੍ਰਬੰਧਕ ਸੀਗੇ ਨੇ? ਸਾਰੇ ਪ੍ਰਬੰਧਕ ਨੇ ਜੋ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੇ ਪ੍ਰਬੰਧ ਨੇ। ਬਾਬਾ ਜੀ ਕਿਹੜੇ ਕਿਹੜੇ ਸੀਗੇ ਪਹਿਲਾਂ? ਬਾਬਾ ਬਾਬਾ ਸੋਭਾ ਦਾਸ ਜੀ, ਬਾਬਾ ਕਿਸ਼ਨ ਦਾਸ ਜੀ, ਫਿਰ ਭੂਮੀ ਦਾਸ ਜੀ, ਬਾਬਾ ਕੁਸ਼ੇਤਰ ਦਾਸ ਜੀ ਆ ਗਏ। ਇਹ ਕਿੰਨੇ ਸਮੇਂ ਪਹਿਲਾਂ ਤੋਂ ਜਾਣੀ ਕਿ ਪਰੰਪਰਾ ਚੱਲਦੀ ਆ ਰਹੀ ਹੈ? ਇਹ ਬਹੁਤ ਚਿਰ ਤੋਂ ਚੱਲ ਰਹੀ ਆ ਰਹੀ ਹੈਗੀ ਹੈ, ਘੱਟੋ ਘੱਟ ਵੀ 100 ਸਾਲ ਤੋਂ 200-150 ਸਾਲ ਤੋਂ ਪਹਿਲਾਂ ਚੱਲ ਰਹੀ ਹੈ। ਦੀ ਪਰੰਪਰਾ ਅਨੁਸਾਰ ਜੋ ਪਿਛਲੇ ਕਈ ਸਾਲਾਂ ਤੋਂ ਸਾਡੇ ਪਿੰਡ ਦੇ ਸਹਿਯੋਗ ਦੇ ਨਾਲ ਜੇ ਗੜੇ ਬੰਨ੍ਹੇ ਜਾਂਦੇ ਹਨ ਜੀ, ਗਰਮੀ ਦੇ ਮੌਸਮ 'ਚ ਆ ਕੇ ਇਹ ਗੜੇ ਖੋਲ੍ਹੇ ਜਾਂਦੇ ਹਨ। ਕੱਲ੍ਹ ਇਹ ਜੋ ਗੜੇ ਅਸੀਂ ਖੋਲ੍ਹੇ ਆ ਉਹਨਾਂ ਦਾ ਸ਼੍ਰੀ ਅਖੰਡ ਪਾਠ ਪ੍ਰਕਾਸ਼ ਕੀਤਾ ਗਿਆ। ਕੱਲ੍ਹ ਭੋਗ ਪਾਏ ਗਏ, ਭੋਗ ਉੱਤੇ ਜੱਗ ਕੀਤਾ ਗਿਆ ਸਾਰੇ ਪਿੰਡ ਸੰਗਤਾਂ ਦੇ ਸਹਿਯੋਗ ਦੇ ਨਾਲ ਜੀ, ਅਤੇ ਗੜੇ ਖੋਲ੍ਹੇ ਗਏ, ਨਾਲ ਹਵਨ ਕੀਤਾ ਗਿਆ। ਸਾਡੇ ਡੇਰੇ ਦੇ ਇੰਚਾਰਜ ਬਾਬਾ ਕਮਲਦਾਸ ਜੀ, ਇਹਨਾਂ ਦੇ ਛੋਟੇ ਭਾਈ ਬਾਬਾ ਦਰਸ਼ਨਦਾਸ ਜੀ ਦੇ ਸਹਿਯੋਗ ਨਾਲ, ਸਾਰੇ ਨਗਰ ਦੇ ਸਹਿਯੋਗ ਨਾਲ ਵਧੀਆ ਜੱਗ ਦੀ ਪਰੰਪਰਾ ਚੱਲੀ ਗਈ ਜੀ, ਹਵਨ ਕੀਤਾ ਗਿਆ। ਤਬਾ ਮੰਡੀ ਤੋਂ ਨਰੇਸ਼ ਕਰ ਜਾ ਟੀ ਵੀ ਨਿਊਜ਼।